ਹੁਣ ਉਹ ਇਮਾਮ ਕਾਬਾ ਲਾਹੌਰ ਆਇਆ ਕਹਿੰਦਾ ਇਤਿਹਾਦ ਉਮਤ ਚਾਹੀਏ। ਮੈਂ ਕਿਹਾ ਚੱਲਿਆ ਇਤਿਹਾਦ ਉਮਤ ਦੀ ਉਹ ਕਾਬੇ ਚ ਗੱਲਾਂ ਕਰੋ, ਉੱਥੇ ਤਾਂ ਜਿਹੜਾ ਜਾਂਦਾ ਹਜ਼ਾਰ ਰਾਮ ਹਜ਼ਾਰ ਸ਼ੇਰ ਉੱਥੇ ਗੱਲ ਕਰੋ ਨਾ, ਜਿਹੜਾ 4 ਲੱਖ ਰੁਪਇਆ ਲਾ ਕੇ ਜਾਂਦਾ ਤੁਸੀਂ ਉਹਨੂੰ 5 ਮਿੰਟ ਵੀ ਹਜ਼ੂਰ ਦੇ ਸਾਹਮਣੇ ਨਹੀਂ ਕਰਾਉਣ ਦਿੰਦੇ। ਇੱਥੇ ਤੁਹਾਨੂੰ ਇਤਿਹਾਦ ਉਮਤ ਯਾਦ ਆਇਆ, ਉੱਥੇ ਕਾਬੇ ਜਾ ਕੇ ਉੱਚੀਆਂ ਤਕਰੀਰਾਂ ਕਰ, ਉੱਥੇ ਉਹਨੂੰ ਸਮਝਾ ਆਪਣੇ ਹੁਕਮਰਾਨ ਨੂੰ ਕਿ ਟਰੰਪ ਕੋ ਸੋਨੇ ਨਹੀਂ ਦੀਏ ਜਾਤੇ, ਅਗਰ ਸੋਨਾ ਦੇਣਾ ਥਾ ਤੋ ਡਾਕਟਰ ਆਫੀਆ ਸਿੱਦੀਕੀ ਕੋ ਦੇ ਦੇ। ਮੁੜ ਕੇ ਇੱਥੇ ਆ ਕੇ ਤਕਰੀਰਾਂ ਕਰਨੇ ਜੀ, ਇਤਿਹਾਦ ਉਮਤ ਹੋਣਾ ਚਾਹੀਏ। ਉਸ ਬਜ਼ੁਰਗ ਦੇ ਸਾਹਮਣੇ ਬਾਹਰ ਕੋਈ ਸੈਨਿਕ ਵੀ ਬੈਠਾ ਹੋਵੇ ਤੇ ਰਸੂਲੁਲਲਾਹ ਦੀ ਤਰਫ ਵੇਖ ਰਿਹਾ ਹੋਵੇ ਤੇ ਤੁਹਾਡੇ ਮੁੱਲੇ ਆ ਕੇ ਕਹਿੰਦੇ ਉਧਰ ਦੇਖੋ, ਤੁਸੀਂ ਤਾਂ ਹਜ਼ੂਰ ਦੀ ਤਰਫ ਵੇਖਣ ਨਹੀਂ ਦਿੰਦੇ, ਕਿਹੜੀ ਇਤਿਹਾਦ ਉਮਤ ਦੀਆਂ ਗੱਲਾਂ ਕਰਨੇ ਹੋ? ਇੱਥੇ ਅਸੀਂ ਗੱਲਾਂ ਕਰਨ ਵਾਸਤੇ ਕਾਫੀ ਹਾਂ, ਤੁਸੀਂ ਕਾਫੀ ਤਕਰੀਰਾਂ ਕਰੋ, ਉੱਥੇ ਤਾਂ ਸਾਡੇ ਵਾਸਤੇ ਫੈਜ਼ਾਬਾਦ ਧਰਨੇ ਵਾਸਤੇ ਦੁਆ ਵੀ ਤੂੰ ਨਾ ਮੰਗ ਸਕੇ ਹੋ, ਅੱਜ ਇੱਥੇ ਤੂੰ ਪਾਕਿਸਤਾਨ ਦੀ ਤਕਰੀਰਾਂ ਕਰਨ ਆ ਗਿਆ। ਸਾਡੀ ਕਹਾਣੀ ਆ ਜੀ ਜੀ ਉਹ ਜੀ ਮਾਸ਼ਾਅੱਲਾ ਮਾਸ਼ਾਅੱਲਾ, ਮੈਂ ਕਹਾਂ ਮਾਸ਼ਾਅੱਲਾ ਮਾਸ਼ਾਅੱਲਾ, ਗੱਲ ਉੱਥੇ ਜਿੱਥੇ ਕਰਨ ਦੀ ਜਗ੍ਹਾ ਹੈ, ਉੱਥੇ ਤਕਰੀਰਾਂ ਕਰੋ ਨਾ ਕਿ ਟਰੰਪ ਜਿਹੜਾ ਉਹ ਜ਼ਲੀਲ ਏ, ਉੱਥੇ ਤਕਰੀਰਾਂ ਕਰੋ ਨਾ ਕਿ ਅਰਬਾਂ ਨੇ ਸਭ ਤੋਂ ਵੱਡਾ ਬੁੱਤਖਾਨਾ ਕਿਉਂ ਬਣਵਾਉਣ ਦੀ ਇਜਾਜ਼ਤ ਦਿੱਤੀ ਦੁਬਈ ਵਾਲਿਆ, ਰਸੂਲੁਲਲਾਹ ਬੁੱਤਖਾਨੇ ਗਿਰਾਣ ਆਏ ਤੇ ਤੁਸੀਂ ਬੁੱਤਖਾਨੇ ਬਣਵਾ ਰਹੇ ਹੋ, ਉੱਥੇ ਹਰਮ ਵਿੱਚ ਤਕਰੀਰਾਂ ਕਰੋ ਕਿ ਇਹ ਕਿਉਂ ਜੀ ਬੁੱਤਖਾਨਾ ਬਣਿਆ, 360 ਬੁੱਤ ਰਸੂਲੁਲਲਾਹ ਖੁਦ ਗਿਰਵਾਏ।